आ रहा हूँ। देखो बहुत गंदी है, घर बैठे स्प्रे ले आओ। चलो नवे सगीरा जो टाइम होर लेगा। ਤੁਸੀਂ ਫਾਲਟ ਛੱਡ ਮਿਸ ਕਰਕੇ ਜਾ ਰਹੇ ਸੀ ਨਾ ਜੀ ਜੀ ਫਾਲਟ ਦੇ ਦੁਆਰੇ ਤੋਂ ਦੋ ਫਾਲਟ ਨੂੰ ਇੱਕ ਕਰ ਰਹੇ ਸੀ ਜ਼ੀਰੋ ਡਾਊਨ ਵਾਲਾ ਕਰ ਰਹੇ ਸੀ ਇਹਦਾ ਕੋਡ ਸੀ ਥੱਲੇ ਦਾ उन्हें क्या इसी भी करो। चलो सच बंद कर, सच बंद करना सी। चीज नहीं डाउन सी, डाउन होनी चाहिए थी सी। नहीं ए देखो ना चाचा साहब, लेजर वैल्यू डमी ऑफसेट, एक तो ये करनी है, करनी है दूसरा करनी है। सी इतना नॉट लर्निंग लाइनर वैल्यू ऑफसेट, लाइनर वैल्यू के करने दोनों सेट। हां क्लियर कर देख। हां ਹੁਣ ਗੱਡੀ ਸਟਾਰਟ ਪੋਜੀਸ਼ਨ ਚ ਆ, ਨਹੀਂ ਇੱਕ ਹੀ ਆ ਬਸ। ਹੁਣ ਗੱਡੀ ਰਹਿ ਗਈ, ਇਹ ਇਹਨੂੰ ਕਰੋ ਦੁਬਾਰਾ। ਇਹਨੂੰ ਤਸੱਲੀਆਂ ਕਾਲੀ ਨਾ ਕਰੋ ਇੱਥੇ ਕਿਸੇ, ਆਰਾਮ ਨਾਲ ਪੜਦਾ ਜਾ ਤੇ ਕਰਦਾ ਜਾ। पहले एक कर रही हूं, दो तीनों कर रही हूं, दो 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 कर रही हूं, दो एक कर रही हूं। पहले सानो एबीएस से जाई, पहले एबीएस ही कल ही कर रही थी, हूं दोनों एबीएस से दोनों कर रही है। हूं हो जाएगी सेट, हूं मजीद इंतजार को बैठा नहीं हो सके। मैं साथ में ਇਹਨਾਂ ਵੀ ਸਿੱਧਾ ਸੀਗਾ, ਕਹਿੰਦਾ ਸਿੱਧਾ ਵੀ ਰੱਖੋ ਸਿੱਧਾ ਹੀ ਆ। ਹੁਣ ਤਾਂ ਇਹਨਾਂ ਸਟੇਰਾਂ ਦਾ ਆਇਆ ਫਿਰ, ਨਹੀਂ ਸਟੇਰਾਂ ਦਾ ਹੀ ਆ ਬਾ। ਠੀਕ ਆ ਹੁਣ ਕਰੋ ਜੋ ਤੈਨੂੰ ਆ ਰਿਹਾ ਹੋਵੇ। ਕੀ ਕਰਦੇ ਗੱਡੀ ਦੀ ਲਗਨ ਉਹਨੇ ਆਪਣੇ ਕੋ ਬ੍ਰੇਕਾਂ ਬਰੂਕਾਂ ਵੀ ਦਬਾਈਆਂ ਸੀ, ਪੈਡਲ ਸ਼ੈਡਲ, ਅੱਜ ਤੁਸੀਂ ਕੁਝ ਕਰ ਹੀ ਨਹੀਂ ਰਹੇ। ਫਰਕ ਹੁੰਦਾ ਨਾ ਸਾਫਟਵੇਅਰ ਦਾ, ਹਰ ਗੱਡੀ ਤੋਂ ਫਰਕ ਹੁੰਦਾ। ਤੁਸੀਂ ਹੁਣ ਪ੍ਰੀਅਸ ਦਾ ਕਰ ਰਹੇ ਹੋ ਨਾ, ਹੋ ਗਈ ਜੀਰੋ ਨਹੀਂ ਕਰਿਆ ਹੁਣ ਦੇਖੋ। ਨਹੀਂ ਪਹਿਲੇ ਉੱਪਰ ਦੇਖੋ ਦੁਬਾਰਾ ਹੁਣ ਫਾਲਟ ਆ ਰਿਹਾ, ਉਹ फाल को फिर दो आ गए। बाहू एक आ गया,
ਰਾਵਲ ਮਾਰੀ ਗੱਲ ਸੁਣ ਤੂੰ ਸੁੱਜ ਬੰਦ ਕਰ ਗੱਡੀ ਬੰਦ ਕਰ ਮੇਰੇ ਤੋਂ ਪੈਤ ਨਹੀਂ ਰੱਖਿਆ ਸੁੱਜ ਆਨ ਕਰ ਅਸੀਂ ਹੁਣ ਫਾਰ ਕਲੀਅਰ ਕਲੀਅਰ ਕਰ ਹੁਣ ਇੱਕ ਰਿਕਾਰਡ ਰਹਿ ਗਿਆ ਨਾ ਹੁਣ ਇਹਨੂੰ ਕਰੋ ਹੁਣ ਪਿੱਛੇ ਜਾ ਉੱਥੇ ਜਾ ਹੁਣ ਉਤਲਾ ਪਹਿਲੇ ਕਰੋ ਫਿਰ ਜ਼ੀਰੋ ਕਰੋ ਫਿਰ ਥੱਲੇ ਵਾਲਾ ਕਰੋ ਕੀ ਗਾਜਰ ਸਾਹਿਬ ਕੁਛ ਗਲਤੀ ਹੋ ਰਹੀ ਆ ਹਾਂਜੀ ਲੀਨੀਅਰ ਨਾ ਇਸ ਤੋਂ ਪਹਿਲੇ ਇਹ ਕਰਨਾ ਪਏਗਾ ਨਹੀਂ ਸਭ ਤੋਂ ਪਹਿਲਾਂ ਉਤਲਾ ਕਰੋ ਉਤਲਾ ਕਰ ਰਹੇ ਹੁਣ ਇਸ ਤੋਂ ਬਾਅਦ ਹਾਂਜੀ ਹਾਂਜੀ ਫਿਰ ਇਹਨੂੰ ਕਰੋ ਕਿਉਂਕਿ ਐਂਡ ਤੇ ਉਹਦਾ ਨਾਂ ਜੋ ਲੈ ਲੈਂਦਾ ਉਹ ECB ਦਾ ਲੈ ਲੈਂਦਾ ਨਾ ECB ਦਾ ਨਾਂ ਬਿਲਕੁਲ ਹਾਂ ਹੋ ਗਿਆ ਉਹ ਜ਼ੀਰੋ ਜ਼ੀਰੋ ਵਾਲਾ ਕਰੋ ਸਕਿੰਟ ਗੱਡੀ ਕਰਦੀ ਗੱਡੀ ਕਰਦੀ ਪਹਿਲੇ ਨਹੀਂ ਆਈ ਸੀ ਮੋਟਰ ਚੱਲੇ ਗਿਆ ਹੁਣ ਇਹ ਪੈਡਲ ਤਾਂ ਨਹੀਂ ਕਹਿੰਦਾ ਨਾ ਨਹੀਂ ਹੋਈ ਹੋ ਗਈ ਤੀਸਰੇ ਤੇ ਜਾ ਰਿਹਾ ਸੁੱਚ ਬੰਦ ਕਰ ਪੈਡਲ ਪੈਰ ਚੁੱਕ ਕੇ ਬੰਦ ਕਰ ਸੁੱਚ ਫਿਰ ਸੁੱਚ ਲਾ ਪੈਰ ਨੀ ਸਲਮ ਨੀ ਮਾਰਨਾ ਫਿਰ ਸੁੱਚ ਬੰਦ ਕਰ ਹੁਣ ਬ੍ਰੇਕ ਤੇ ਪੈਰ ਰੱਖ ਸਟਾਰਟ ਕਰ ਨਹੀਂ ਉਹਦੇ ਵੱਜਣੀ ਚਾਹੀਦੀ ਚੁੱਕ ਲੋ
ਤੇਰੇ ਮਗਰ ਕਿਹੜਾ ਪੁਲਿਸ ਲੱਗੀ ਹੈ ਵੀ ਤੂੰ ਉੱਡਦਾ ਪੜ੍ਹ ਕੇ ਸਾਰਾ ਸੂਝ ਤੂੰ ਫਿਰ ਓਕੇ ਕਰ ਦੇ ਸਾਰੇ ਫੰਕਸ਼ਨ ਕਰ ਦੇ ਇੰਜਨ ਸੋਚੋ ਇੰਜਨ ਇੰਜਨ ਉਹ ਅੰਦਰ ਇੰਜਨ ਖੋਕ ਸਹੀ ਹੈ ਵੀ ਸਹੀ ਸਟਾਫ ਕਰੋ ABS ਮੋਟਰ ਇਜ ਰਨਿੰਗ ਐਂਡ ਸਟਾਰਟ ਕਨਫਰਮ ABS ਮੋਟਰ ਪੰਪ ਰਨਿੰਗ ਐਂਡ ਸਟਾਰਟ ਓਕੇ ਕਰੋ ਦਿਸ ਫੰਕਸ਼ਨ ਇਜ ਕੰਪਲੀਟਡ ਪ੍ਰੈਸ ਓਕੇ ਟੂ ਬੈਕ ਬੈਕ ਕੈਂਸਲ ਦਿਸ ਓਕੇ ਕਰੋ ਹਾਂਜੀ ਸਵਿੱਚ ਬੰਦ ਕਰ ਸਵਿੱਚ ਆਨ ਬੰਦ ਕਰਕੇ ਦੁਬਾਰਾ ਸਟਾਰਟ ਕਰ ਦਾ ਫਿਰ ਦੇਖੋਗੇ ਨਾ ਕੋਡ ਕਲੀਅਰ ਕਰ ਸਟਾਰਟ ਕਰ ਦੇ ਸਟਾਰਟ ਹੀ ਆ ਨਾ ਗੱਡੀ ਤੇ ਕੋਡ ਕਲੀਅਰ ਕਰੋ ਕਲੀਅਰ ਕਰਨਾ ਇਹਨਾਂ ਨੂੰ ਨੋ ਰਨਿੰਗ ਦੇ ਇੱਥੋਂ ਹੀ ਹੁਣ ਜੋ ਕੀਤਾ ਤੂੰ ਯਾਰ ਚਲੋ ਕਰ ਸਵਿੱਚ ਆਨ ਕਰਤਾ ਬੈਟਰੀ ਵੋਲਟੇਜ ਨਾਰਮਲ ਹੋਣੀ ਚਾਹੀਦੀ ਹੈ ਓਕੇ ਟੈਂਪਰੇਚਰ ਨਾਰਮਲ ਕਿਤੇ ਕੋਈ ਗਲਤੀ ਕਰ ਰਹੀ ਹੈ ਮੇਰੇ ਹਿਸਾਬ ਜੇ ਹੁਣ ਨਾ ਕਰੇ ਬ੍ਰੇਕ ਦਬਾ ਲਈ ਹੁਣ ਪੈਡਲ ਤੇ ਪੈਰ ਰੱਖ ਲਈ ਦਬਾ ਕੇ ਫਿਰ ਇਹ ਸਭ ਕੁਛ ਕਰੇ ਨਹੀਂ ਬਾਤੀਆਂ ਬੰਦ ਹੋਣੀਆਂ ਚਾਹੀਦੀਆਂ ਨਾ ਜਦੋਂ ਸਭ ਕੁਛ ਸਹੀ ਹੋ ਗਿਆ ਇਹਨੇ ਦਸਤੀ ਆਫ ਹੋ ਜਾਣਾ ਸੈਟ ਮੈਂ ਤਾਂ ਕੱਲ੍ਹ ਮੁਕੰਮਲ ਹੋ ਗਈ ਹੈ ਇਹ ਜਿੱਥੇ ਲੱਗੀ ਤਾਰਾ ਉਹ ਯਾਦ ਸੱਟ ਕਿੱਥੇ ਲੱਗੀ ਸਰ ਹੁਣ ਨਹੀਂ ਹੋਣੀ ਨਾ ਨਾ ਚਰ ਸਾਹਿਬ ਹੁਣ ਨਹੀਂ ਹੋਣੀ ਮੰਨੋ ਤੁਸੀਂ ਫਿਰ ਸਾਰੇ ਪਾਸ ਇਸੇ ਨਾਲ ਹੀ ਹੋਈ ਹੈ ਹਾਂਜੀ ਦੁਬਾਰਾ ਬ੍ਰੇਕ ਨਾ ਆਪਕੇ ਕਰਕੇ ਦੇਖੀ ਹੁਣ ਹੋ ਗਈ ਕਿ ਬਗਲਰ ਫੇਸ ਦਬਾ ਕੇ ਰੱਖ ਲੈਣਾ ਥੋੜ੍ਹੀ ਦੇਰ ਤੈਨੂੰ ਕੀ ਹੋ ਜਾਂਦਾ ਹੁਣ ਆਪਾਂ ਇੱਦਾਂ ਵੀ ਕਰਕੇ ਦੇਖ ਤੂੰ ਇੱਕ ਵਾਰੀ ਨਾ ਮੈਂ ਦਿੰਦਾ ਸਕੈਨਰ ਦੇ ਪਿੱਛੇ ਜਾ ਐਂਡ ਤੇ ਜਾ ਸ਼ੁਰੂ ਤੋਂ ਇੱਕ ਮਿੰਟ
ਨਾ ਹੀ ਹੁਣ ਹਾਈਬ੍ਰਿਡ ਚ ਦੇਖ ਅੱਥੇ ਨਾ ਹੀ ਅੱਛਾ ਹੁਣ ਉੱਥੇ ਕਰੂਜ਼ ਕੰਟਰੋਲ ਨਾ ਹੀ ਉਹਨੂੰ ਛੋੜ ਕਰੂਜ਼ ਦੇ ਚਾਹੀ ਨਹੀਂ ਇਹਨੂੰ ਛੱਡ ਤੋ ਟ੍ਰਾਂਸਮਿਸ਼ਨ ਕੰਟਰੋਲ ਨਹੀਂ ਇਹਨੂੰ ਵੀ ਛੋੜ ABS ABS ਤੇ ਜਾ ਇੱਕ ਮਿੰਟ ਹਾਂ ਚਲੋ ਕਲੀਅਰ ਫਾਟ ਮੈਮਰੀ ਕਰਕੇ ਦੇਖ ਲਈ ਪਹਿਲੇ ਹਾਂ ਕਾਰ ਕਲੀਅਰ ਹੈ ਗੱਡੀ ਬੰਦ ਕਰੀ ਹੈ ਨਾ ਹਾਂਜੀ ਸਵਿਚ ਆਨ ਸਟਾਰਟ ਹੈ ਗੱਡੀ ਸਟਾਰਟ ਪੋਜੀਸ਼ਨ ਜਾ ਕੇ ਸੋਚੋ ਹੁਣ ਸਵਿਚ ਆਨ ਦੁਬਾਰਾ ਹਾਂ ਬੰਦ ਕਰ ਜਾ वार्निंग लाइट एक्सीलेटर जीरो डाउन वो कोड तो नहीं थी ना कोड तो जड़े कब नहीं था नहीं वो ये हो ही नहीं ये जीरो डाउन वाली है ठीक है This test will activate the accumulator zero down by removing press test mode. नहीं नहीं. It's in my check. हाँ? की? ਨਹੀਂ ਹੋਰ ਜੀ ਨਾ ਹਾਂ ਇਹਨੂੰ ਛੱਡ ਦੂੰ ਆਪਾਂ ਉੱਥੇ ਸਹੀ ਸੀਗੇ ਟੈਸਟ ਮੋਡ 'ਚ ਤਾਂ ਹੋਰ ਜਾ ਕੇ ਲੈ ਜਾਣੀ ਬਸ ਵਿਲਿੰਗ ਕਰਨ ਲੱਗ ਜਾਣੀ ਇਹ ਹੀ ਨਹੀਂ ਸਹੀ ਕੈਲੀਬਰੇਸ਼ਨ ਹੋ ਰਹੀ ਆਪਣੀ ਦਿਸ ਇਜ਼ ਪ੍ਰੋਬਲਮ ਹੋ ਰਿਹਾ ਨਹੀਂ ਅੱਛਾ ਮੈਂ ਕਾਫੀ ਜਿਹਾ ਫਿਰ ਗਿਆ ਕਿਉਂ ਵੈਸੇ ਮੈਂ ਕੀ ਕਰਾਂ ਡਿਊਰਿੰਗ ਕੈਲੀਬਰੇਸ਼ਨ ABS ਲਾਈਟ ਬਲਿਕਸ ਕੁਇਕਲੀ ਬ੍ਰੇਕ ਵਾਰਨਿੰਗ ਵਾਲਾ ਪੈਂ ਆਉ ਤੇਜ਼ ਕਰ ਲਿਓ ਸਲੋ ਕਰ ਲਿਓ ਠੀਕ ਇਹ ਨਹੀਂ ਟਾਈਮ ਲਿਖਿਆ ਕਿ ਨਹੀਂ ਇਹ ਨਹੀਂ ਆਇਆ ਐਕਸਪੀਰੀਅੰਸ ਲੇਕਿਨ ਇਹ 30 ਆਪਣਾ 50 100 ਦੇ ਜਗ੍ਹਾ ਰੁਕ ਜੇ ਗਿੱਦ ਕਰ 100 ਦੇ ਜਗ੍ਹਾ ਰੁਕ ਗਿਆ ਜਿੰਨੀ ਦੇ ਟਾਈਮ ਚੱਲਦਾ ਉਹਨੇ ਬਲਿਕ ਕਰਨੀ ਚਾਹੀਦੀ ਹੈ ਹੁਣ ਇਹ ਇਹਦੀ ਆਪਣਾ ਰਿਮੇਨਿੰਗ 98 ਮਿੰਟ ਪੈਂਦੇ ਨੇ ਇਹ ਚੈੱਕ ਕਰ ਲਓ ਜੋ ਦੋ ਤੇ ਹੈ ਹੁਣ ਹੀ ਹੋ ਰਿਹਾ ਬੋਲ ਨਹੀਂ ਹੈ ਉਹ ਤਾਂ ਕਿ ਅਬ ਦੇਰ ਕੰਮ ਕਰੋ ਉਸ ਕਹਿ ਦੇ ਨਾ ਵੀ ਕੰਮ ਕਰ ਰਿਹਾ ਫਾਰਿਗ ਨਹੀਂ ਹੈ ਫਾਰਿਗ ਹੈ ਹੈ ਤੋ ਖੁਦ ਬਸ ਇਹ ਦੇਖਾਂ ਜੀ ਹਮਜ਼ਾ ਭਾਈ ਜੋ ਹੈ ਨਾ ਹਮਜ਼ਾ ਭਾਈ ये देखें ये हमजा भाई है ये हमजा भाई जो है ना प्रोग्रामिंग कर रहे हैं हमारे कंप्यूटर की ABS अभी ABS का कंप्यूटर है हमारी जो प्रियास है वो प्रियास खड़ी है हमारी और हमजा भाई ये है ना इंशाल्लाह इसको प्रोग्रामिंग कर रहा है देखें फाइल डाल रहा है कंप्यूटर में ये हमजा भाई जी कंप्यूटर में फाइल डाल रहा है ये कंप्यूटर पड़ा है हमारा और ये कंप्यूटर में फाइल डाल रहा है ये कंप्यूटर है हमारा खुला हुआ है और ये प्रोग्रामिंग हो रही है जो फाइल उड़ी है ना वो डाल रहा है ये लगा हुआ है सेटअप आप हमारे साथ साथ रहिएगा ये दुनियापुर से आए हैं जी हम हमजा भाई के पास ये चॉकलेट के लिए ये ABS का कोड था जी और इसका जो एक आईसी निकाला हुआ है ABS की लाइटें आ रही थी और हमजा भाई लगे हुए हैं ये लाइटें बंद करने के लिए लग रहा है ये लाइटें बंद हो जाएंगी ना इंशाल्लाह
फिर आप हमारे साथ साथ रहिएगा, आपको दिखाएंगे। तो अगर किसको मालूमात चाहिए हो जी, जितनी मालूमात है हमें वो शेयर करेंगे आपके साथ। हो गया, चलो जी, माशाल्लाह जी, माशाल्लाह जी, हमजा भाई मुतमैन हैं जी, कहते हैं जी माशाल्लाह। अभी एक ऐसी हो गया प्रोग्रामिंग, दूसरा रह गया, अल्लाह करे जी दूसरा भी हो जाएगा। ये भी दूसरे आईसी की प्रोग्रामिंग हो रही है जी, एबीएस की। ये दूसरा आईसी अभी उठा के इधर लगा हुआ है, ये आप देखें। ये हमजा भाई का कमाल है जी, आईसी निकाले हैं एबीएस के और प्रोग्रामिंग डाल रहा है। ये माशाल्लाह हमजा भाई ने ना माशाल्लाह हमारी गाड़ी जो बिल्कुल ओके कर दिया। ये देखें अभी लाइट, कोई लाइट नहीं है ब्रेक की, अभी गाड़ी हमारी बिल्कुल ओके हो गई। और हमजा भाई ने जो प्रोग्रामिंग डाली है ना आईसी में, वही काम था बस। हमारे सामने आईसी निकाले हैं कंप्यूटर से, और हमजा भाई ने ना, ये हमजा भाई है जी, शक्ल देख लें अब तो। ये हमजा भाई ने प्रोग्रामिंग डाली है कंप्यूटर में, माशाल्लाह हमारी गाड़ी जो है ना बिल्कुल ओके हो गई है। ये आप देखें खुली हुई गाड़ी है अभी, तो प्रियस गाड़ी है ये, तो अभी माशाल्लाह बिल्कुल फिट हो गया। आप हमारे साथ साथ रहिएगा, आपको पूरी मालूमात शेयर करेंगे जी। अगर किसी बंदे को मसला बन जाए तो हम उसके लिए हाजिर हैं जी, जितनी मालूमात है वो आपके साथ शेयर करेंगे। C1345 कोड था जी ये एबीएस का। तो अभी ये स्कैनर के साथ ये ख़त्म नहीं होता था, तो अभी ये भाई हमजा भाई ने जो मैनुअल तरीके से इसको ख़त्म किया हमारे सामने। दो आईसीओ का जो है ना प्रोग्राम, वो लैपटॉप के साथ प्रोग्राम नहीं बढ़िया प्रोग्राम माशाल्लाह ओके हो गया, बढ़िया। चलो माशाल्लाह यार, माशाल्लाह। अभी रात के 10 बजने वाले हैं जी, 10 से भी ऊपर टाइम हो गया। तो हमारी जो गाड़ी है जो हम मुल्तान शहर में आए हुए हैं, तो ये हमजा भाई लगे हुए हैं, माशाल्लाह हमारी गाड़ी ओके कर दी अल्लाह भाई। अल्लाह ताला हमजा भाई की जिंदगी जो है ना लंबी करे, और हमजा भाई को सऊदीया ले जाए इंशाल्लाह। हम दुआ भी करेंगे साथ साथ, ये सही बात है। हमारे साथ साथ रहिएगा जी, अभी गाड़ी फिट करके चला के आपको दिखाएंगे कि हमारी गाड़ी ओके हो गई है। और ये इलेक्ट्रिशियन जो है ना, ये टॉप का इलेक्ट्रिशियन है, अगर किसी बंदे को मालूम आ चाहिए हो नंबर शंबर, तो हम हाजिर हैं जी। हम आपको इलेक्ट्रिशियन का नंबर भी दे देंगे, अगर कोई मसला फंस जाए तो हमजा भाई का नंबर आपको दे देंगे। देखें हम हमारे साथ साथ रहें, अगर हमारी वीडियो पसंद आए तो इसको लाइक करें, शेयर करें, तो हम आपको जो मालूम है शेयर करते रहेंगे इंशाल्लाह, अगर ज़िंदगी रही तो। भाई ने गाड़ी तैयार कर ली, औजार उठा रहा है, अभी गाड़ी स्टार्ट खड़ी है हमारी। आप देखें अभी कोई चेक लाइट नहीं है, बिल्कुल ओके हो गई। अगर हमारी वीडियो पसंद आए तो लाइक करें, शेयर करें, और अगली वीडियो तक हमें इजाज़त दें जी। ये हमारी प्रियस ओके हो गई। हमदा भाई शुक्रिया, भाई जान शुक्रिया, भाई देखो जी जर साहब जरा बेच में आगे पीछे करो। ये माशाल्लाह हमारी प्रियस बिल्कुल ओके हो गई जी, और ये हमजा भाई की वर्कशॉप है, और ये इनका ऑपरेशन थिएटर है जिधर ये कंप्यूटर रिपेयर करते हैं। ये देखें जी, चलो जी।